ਹੁਣ ਅੱਜ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਭ ਤੋਂ ਖਤਰਨਾਕ ਬੰਦੇ ਦੀ ਬਈ ਪਾਸ਼ ਦੀ ਅਵਤਾਰ ਪਾਸ਼ ਜਿੰਦੀ ਸਭ ਤੋਂ ਖਤਰਨਾਕ ਕਵਿਤਾ ਹੈ ਬਈ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ ਘਰਾਂ ਤੋਂ ਨਿਕਲਣਾ ਕੰਮ ਨੂੰ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਇਹ ਹੈ ਜੀ ਅਵਤਾਰ ਪਾਸ਼ ਅਵਤਾਰ ਪਾਸ਼ ਜੁਝਾਰਵਾਦੀ ਕਵੀ ਅਵਤਾਰ ਸਿੰਘ ਸੰਧੂ ਵੀ ਇਹਦਾ ਨਾਮ ਹੈ ਬਈ ਅਵਤਾਰ ਪਾਸ਼ ਜੁਝਾਰਵਾਦੀ ਧਾਰਾ ਦਾ ਕਵੀ ਹੈ ਬਈ ਜੁਝਾਰਵਾਦੀ ਕਵੀ ਹੈਗਾ ਹੈ ਤੇ ਸਭ ਤੋਂ ਖਤਰਨਾਕ ਜਿਹੜੀ ਕਵਿਤਾ ਮੈਂ ਬੋਲੀ ਸੀਗੀ ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਸਭ ਤੋਂ ਖਤਰਨਾਕ ਇਹ ਚੀਜ਼ ਹੁੰਦੀ ਹੈ ਕਿ ਬੰਦੇ ਦਾ ਜ਼ਮੀਰ ਮਰ ਜਾਣਾ ਜ਼ਮੀਰ ਮਰ ਜੇ ਉਹ ਮੁਰਦੇ ਵਾਲੀ ਤਰ੍ਹਾਂ ਜੀਵੇ ਹੋਰ ਸਭ ਕੁਛ ਸਹੀ ਜਾਵੇ ਕੁਝ ਵੀ ਨਾ ਬੋਲੇ ਘਰੋਂ ਕੰਮ ਤੇ ਵਾਪਸ ਘਰੇ ਆ ਜਾਵੇ ਇਹ ਸਭ ਤੋਂ ਖਤਰਨਾਕ ਹੈ ਕਿ ਉਹ ਹੁਣ ਸੁਪਨੇ ਲੈਣਾ ਵੀ ਛੱਡ ਦੇਵੇ ਉਹਦਾ ਜ਼ਮੀਰ ਹੈ ਜੋ ਪੂਰਨ ਤੌਰ ਤੇ ਮਰ ਜਾਵੇ ਇਹ ਜਿਹੜਾ ਹੈ ਸਭ ਤੋਂ ਖਤਰਨਾਕ ਹੈ ਇਹ ਅਵਤਾਰ ਪਾਸ਼ ਦੀ ਕਵਿਤਾ ਹੈ ਭਾਈ ਜੁਝਾਰਵਾਦੀ ਕਵੀ ਪ੍ਰਵੇਸ਼ ਨਾਂ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਸੀ ਬਈ ਇਹਦਾ ਕਈ ਅਨੁਮਾਨ ਲਗਾਉਂਦੇ ਆ ਬੰਦੇ ਬਈ ਪ੍ਰਵੇਸ਼ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਸੀਗਾ ਇਹਦਾ ਪਹਿਲਾ ਅੱਖਰ ਤੇ ਅਖੀਰਲਾ ਅੱਖਰ ਲੈ ਕੇ ਬਣਿਆ ਪਾਸ਼ ਪਾਸ਼ ਦਾ ਮਤਲਬ ਹੁੰਦਾ ਹੈ ਫੈਲਾਉਣ ਵਾਲਾ ਛਿਣਕਣ ਵਾਲਾ ਫੈਲਾਉਣ ਵਾਲਾ ਛਿੜਕਣ ਵਾਲਾ ਅਧਿਆਪਕਾ ਸੀਗੀ ਪਾਸ਼ ਦਾ ਮਤਲਬ ਹੁੰਦਾ ਹੈ ਫੈਲਾਉਣ ਵਾਲਾ ਇੱਕ ਗੁਰੂ ਹੁੰਦਾ ਹੈ ਉਹ ਇੱਕ ਛਿੱਟਾ ਪਾ ਦਿੰਦਾ ਹੈ ਆਪਣੇ ਮੁਰੀਦਾਂ ਦੇ ਉੱਤੇ ਹੋਰ ਉਹਨਾਂ ਦੇ ਵਿਚਾਰਕ ਤੌਰ ਤੋਂ ਵੀ ਉਹ ਫੈਲਦੇ ਜਾਂਦੇ ਨੇ ਇਹ ਜਿਹਾ ਇੱਕ ਛਿੜਕਾਅ ਕਰੀਏ ਕਿ ਉਹ ਐਸੇ ਰੰਗ ਵਿੱਚ ਰੰਗ ਜਾਣ ਕਿ ਉਹਨਾਂ ਦਾ ਬੌਧਿਕ ਸਤਰ ਹਰ ਤਰੀਕੇ ਨਾਲ ਵਿਸਥਾਰ ਹੈ ਉਹ ਹੁੰਦਾ ਰਹੇ ਫਾਰਸੀ ਭਾਸ਼ਾ ਦਾ ਸ਼ਬਦ ਹੈ ਫੈਲਾਉਣ ਵਾਲਾ ਤੇਜਵੰਤ ਸਿੰਘ ਗਿੱਲ ਹੈ ਉਹਦੇ ਵਿਚਾਰ ਥੋੜ੍ਹੇ ਜਿਹੇ ਵੱਖਰੇ ਨੇ ਕੁੱਝ ਵਿਦਵਾਨਾਂ ਦੇ ਵਿਚਾਰ ਨੇ ਪ੍ਰਵੇਸ਼ ਨਾਮ ਦੀ ਅਧਿਆਪਕਾ ਦੇ ਨਾਲ ਆਦਰਸ਼ਕ ਮੋਹ ਪਹਿਲਾਂ ਤੇ ਅਖੀਰਲਾ ਅੱਖਰ ਤੋਂ ਬਣ ਗਿਆ ਪਾਸ਼ ਫਾਰਸੀ ਭਾਸ਼ਾ ਦਾ ਸ਼ਬਦ ਵੀ ਹੈ ਜਿਸ ਨੂੰ ਕਹਿੰਦੇ ਹੈ ਫੈਲਾਉਣ ਵਾਲਾ ਜਿਹੜਾ ਕਿ ਤੁਹਾਡੀ ਬੁੱਧੀ ਦਾ ਵਿਸਥਾਰ ਕਰਦੇ ਹੋਰ ਜ਼ਿਆਦਾ ਫੈਲਾ ਦੇਵੇ ਛਿੜਕਣ ਵਾਲਾ ਤੇਜਵੰਤ ਸਿੰਘ ਗਿੱਲ ਸੈਲੋ ਖੋਵ ਦਾ ਉਪਨਿਆਸ ਹੈ ਡਾਨ ਵਹਿੰਦਾ ਰਿਹਾ ਉਹਦਾ ਇੱਕ ਪਾਤਰ ਹੈ ਪਾਸ਼ਾ ਡਾਨ ਵਹਿੰਦਾ ਰਿਹਾ ਸੈਲੋਖੋ ਦਾ ਪਾਤਰ ਹੈ ਇਹਦਾ ਇੱਕ ਰਚਨਾ ਹੈ ਬਈ ਡਾਨ ਵਹਿੰਦਾ ਰਿਹਾ ਔਰ ਡਾਨ ਵਹਿੰਦਾ ਰਿਹਾ ਇਸਦਾ ਪਾਤਰ ਹੈ ਬਈ ਪਾਸ਼ਾ ਇਹਦਾ ਪਾਤਰ ਹੈਗਾ ਉਸ ਤੋਂ ਪ੍ਰਭਾਵਿਤ ਹੋਇਆ ਇਹ ਵਿਚਾਰ ਨੇ ਤੇਜਵੰਤ ਸਿੰਘ ਗਿੱਲ ਦੇ ਪਈ ਤੇਜਵੰਤ ਗਿੱਲ ਉਹ ਕਹਿੰਦਾ ਹੈ ਕਿ ਸੈਲੋਖੋਵ ਦਾ ਉਪਨਿਆਸ ਹੈ ਨਾਵਲ ਹੈ ਡਾਨ ਵਹਿੰਦਾ ਰਿਹਾ ਔਰ ਉਹਦਾ ਨਾਇਕ ਹੈ ਪਾਸ਼ਾ ਉਸ ਤੋਂ ਪ੍ਰਭਾਵਿਤ ਹੋ ਕੇ ਅਵਤਾਰ ਪਾਸ਼ ਨੇ ਆਪਣੇ ਨਾਵਲ ਦਾ ਨਾਮ ਆਪਣੇ ਜਿਹੜਾ ਤਖੱਲਸ ਹੈ ਉਹ ਪਾਸ਼ ਰੱਖ ਲਿਆ ਤਖੱਲਸ ਪਾਸ਼ ਰੱਖ ਲਿਆ ਕੇਂਦਰੀ ਧੁਰਾ ਇਹ ਮਾਰਕਸਵਾਦੀ ਵਿਚਾਰਧਾਰਾ ਤੋਂ ਸੰਬੰਧਿਤ ਕਵੀ ਹੈ ਜੁਝਾਰਵਾਦੀ ਮਾਰਕਸਵਾਦੀ ਵਿਦਰੋਹ ਹਿੰਸਾ ਸੰਘਰਸ਼ ਮਾਰਕਸਵਾਦ ਨੂੰ ਅਗਰ ਸਮਝਣਾ ਹੈ ਤਾਂ ਮਾਰਕਸ ਨੂੰ ਸਮਝਣਾ ਪਵੇਗਾ ਮਾਰਕਸ ਕਾਰਲ ਮਾਰਕਸ ਮਾਰਕਸਵਾਦੀ ਜਿਹੜੇ ਲੋਕ ਨੇ ਉਹ ਰੱਬ ਨੂੰ ਨਹੀਂ ਮੰਨਦੇ ਕਰਮ ਦੇ ਸਿਧਾਂਤ ਦੇ ਉੱਤੇ ਉਹਨਾਂ ਦਾ ਵੱਧ ਜ਼ੋਰ ਹੁੰਦਾ ਹੈ ਇਹਦੀ ਜਿਹੜੀ ਵਿਚਾਰਧਾਰਾ ਹੈ ਉਹ ਮਾਰਕਸਵਾਦੀ ਵਿਚਾਰਧਾਰਾ ਹੈ ਭਾਈ
मार्क्सवादी विचारधारा अगर बहुत थोड़े शब्दों में समझना हो, वर्ग संघर्ष, वर्ग संघर्ष जिंदे विच दो वर्ग होंगे ने, एक तो बुरजुआ, बुरजुआ पंजाबी का शब्द है, अगर हिंदी का शब्द वरता तो वह है पूंजीपति, दूजे है प्रोलोतरी बई, जिंदा है किरती, की है किरती लोग होंगे ने। लो जी बुरजुआ हिंदी जगह पूंजीपति और प्रोलोतरी कई थाएं में भी लिखा हो सकता है भाई। प्रोलित्री प्रोलोतरी इनका है कीर्ति, इन्ना भी जेड़ा वर्ग संघर्ष है वो ही मैन जेड़ी थीम है वो मार्क्सवाद दी है, क्योंकि मार्क्सवाद जेड़ा हैगा आलोचना दे अंदर इंदा बहुत वड़े वड़े चैप्टर है, कैवें आया कैवें वध्या मार्क्सवाद जुड़िया फिर उस तो संबंधित, परंतु आपा की करना है कि इत्थे सिर्फ आपां नूं पता होवे तां इसलिए ज्यादा फैलाओ ज्यादा खलारा इसका कंटेंट का नहीं किया। मार्क्सवादी विचारधारा जेड़ा बंदा मार्क्सवादी विचारधारा तो संबंधित है तो सीधी गल है कि विद्रोह हिंसा, विद्रोह हिंसा है जेड़ी, और विद्रोह है संघर्ष है, थोड़ी वर्ग संघर्ष की गल की सी भाई संघर्ष है उस दे उत्ते जरूर लिखूगा उनकी विचारधारा मार्क्सवादी विचारधारा आप कहती। मार्क्सवाद तो जे अगले पड़ा की गल करिए जुझारवाद, जेड़े लोग जूझे सी पंजाब संकट के समय लड़े संघर्ष किया भावे वह सफल रहे या असफल रहे वो एक वक्री गल है, परंतु वह उन्होंने अपना एक संघर्ष सीगा। मार्क्सवादी विचारधारा विद्रोह हिंसा संघर्ष इस दे उत्ते एने लिखी है बई कवितावां है जिहड़ियां इस दे उत्ते लिखी है। एक जुझारवादी होर मैं शामिल कर लवां बई जुझारवादी इस विशा दे उत्ते जिहड़ा आ विशा है वह केंद्री धुरा रहे है, केंद्री धुरा इन्हां दे उत्ते उसने काफ़ी कुछ लिखिया है। 1972 दे अंदर उसने सियाड़ पत्र कढ़िया बई, सियाड़ पत्र कढ़िया उन्हें 1972 दे विच, इहदियां जिहड़ियां काव्य रचनावां ने बई, काव्य रचनावां की गल करिए लोह कथा उड़दे बाजा मगर, लोह कथा उड़दे बाजा मगर साढ़े समयां च खिलरे हुए वरके, मृत्यु उपरंत अमरजीत सिंह चंदन है उसने छापी पई। पास दिया चिट्ठियां पास दिया डायरियां आ भी कुछ ने खिलरे हुए वरके आ भी है बई काव्य संग्रह, पास दे एने कोई काव्य संग्रह नहीं है न कि आपां नूं याद ही ना रहे, तीन चार ही हैगे है, जदों आपां एक बार उन्हूं देखांगे तां आपां नूं उदां ही याद हो जाणगे बई। काव्य रचनावां बई लो सर काव्य रचनावां लोह कथा, लोह कथा उस तो बाद उड़दे बाजा मगर, उड़दे बाजा मगर, लोह कथा उड़दे बाजा मगर साढ़े समया च साढ़े समया च साढ़े समया च आ जड़े ने और एक खिलरे हुए वरके मौत उपरंत अमरजीत चंदन ने छापिया बई, खिलरे हुए वरके मौत उपरंत छापिया किने अमरजीत चंदन ने। लोह कथा उड़दे बाजा मगर साढ़े समयां च और खिलरे होए वरके अमरजीत चंदन चंदन ने बई उनकी मृत्यु उपरांत है छपिया। उस तो बाद इहदे विच तां पास पास लिखे हुए हैं बई, पास दी डायरी
पास दियां चिट्ठियां, पास दियां चिट्ठियां, पास दी डायरी, पास दियां चिट्ठियां, अपने आप नाल गल्लां, अपने आप नाल गल्लां, अपने आप नाल गल्लां। भाई ये की है कि पास दिया है, मैं हुण विदा हुंदा हां, मैं हुण बाद छपी है भाई, मैं हुण विदा हुंदा हां। शिव कुमार बटालवी मैनू विदा करो, शिव कुमार बटालवी का काव्य संग्रह है मैनू विदा करो, अवतार पास दा मैं हुण विदा हुंदा हां, मैं हुण विदा हुंदा हां, इस तरीके का कितने भी तुहानू मिले भाई काव्य संग्रह है, सानू इन दे विच थोड़ा जा क्रैश हो रहा है भाई मैटर, तो उन्होंने पहला ही वखरा कर लेना है। पहली गल तो मैं कई वखरे करा दूंगा, कई तुहाडे सामने आन, तुहानू जिहड़ा थोड़ा जा फर्क दिसे और तुहानू एवें लगता है भाई जल्दी च मैं गलत कर सकता है, तो उस समय तुसीं इह गल ध्यान रखनी है कि मैनू विदा करो शिव कुमार बटालवी, मैं हुण विदा हुंदा हां, मैं हुण विदा हुंदा हां। यह हैगा है अवतार पाठ का लोह कथा, उड़दे बाजा मगर साढ़े समया च खिलरे हुए वरके, खिलरे हुए वरके है मौत उपरंत छपी, छापन वाला सीगा सरदार अमरजीत चंदन, इनका मित्र सी भाई पास पाठ का, पाठ दी चिट्ठियां, पाठ दी डायरी, अपने आप नाल गल्लां, मैं हुण विदा हुंदा हां, अखर अखर। यह जी समुची कविता है मेमोरियल ट्रस्ट वालों प्रकाशित हुई सी बई। अगली है जी अखर अखर, अखर अखर, यह जड़े ने उनके काव्य संग्रह ने, लोह कथा उड़दे बाजा मगर साढ़े समया च, यह तो हो गया। फिर उस तो बाद देखो बई खिलरे हुए वरके, उन्हें खिलरे हुए वरके सीगे, सारे खिलरे हुए पेज उन्हें संभाले अमरजीत चंदन ने, खिलरे हुए वरके अवतार पास दे मरण तो बाद, अवतार पास दे जेड़े भी खिलरे हुए वरके सी सारे संभाले, और अगले ने छापती नाम भी आई रखता खिलरे हुए वरके। फिर उस तो बाद पास दियां डायरियां चकियां, डायरियां दे जो मैटर सी वो छापता जी, पास दियां चिट्ठियां चकियां, चिट्ठियां भी जो मैटर सी वो छापता, क्योंकि बाद विच क्योंकि अवतार पास सी जेड़ा उनकी भी निजी जिंदगी बारे गल्लां करांगे। फिर पास दिया चिट्ठियां सी वह भी छापतियां, अपने आप नाल गल्लां होर जिहड़ियां इधरों उधरों गल्लां मिलियां वह भी छापतियां अगलिया ने। फिर अखीर दे विच मैं हुण विदा हुंदा हां, और फिर अखर अखर, सब अखर उहदे छापते बई, ये बाद च कम रहे। अवतार पास दे बारे मैं तुहानूं दसदा, अवतार पास सी जिहड़ा शुरुआती दौर ते जिहड़ी नक्सलवाड़ी लहर सी पंजाब दे अंदर, जिहड़ी नक्सलवाड़ी लहर सी वह चली सी, उस नाल जुड़िया रहा, परंतु जदों जदों उन्हू फड़िया पुलिस वालिया ने चंगी फेंटी चाड़ी, उस तो बाद बस फिर वह नक्सलवाड़ी लहर तो टुट गया और पैरलर वह चलन लग गया, क्योंकि वह कामरेडिया सीगा, मार्क्सवादी सीगा भाई, मार्क्सवादी विचारधारा तो संबंधित सीगा, और इधरों पुलिस वाले ने भी चंगा बम बुलाए सीगे, तो उस तो बाद विदेश चला गया, विदेश तो फिर वापस आया, और उन्हें जेड़े हर एक बंदा जेड़ा नक्सलवाड़ी नाल जुड़िया होया सीगा, और अखौती जेड़े नक्सलवाड़ी सीगे, अखौती जेड़े उग्रवादी सीगे, अखौती लोग सी जेड़े झूठे लोग बई, सच्चे लोगों की जगह झूठे लोग है, उन्होंने अखौती शब्द वरत्या जाता है पाखंड लई, पाखंडी जेड़े सीगे उन्हां उत्ते भी उन्हें लिखिया। और एक दिन दारू तो पींदा ही सीगा, एक दिन मोटर दे उत्ते दारू पी रहा सीगा, और संत जरनैल सिंह भिंडरांवाला अमर शहीद सी जिहड़ा, उसनू गालां कढ़दा पिया सी, पहले दिन भी कढ़ियां, उस दिन भी कढ़ियां, किसी ने बइया कोई भगत सीगा बाबे दा, उन्हें देखिया बई आ तां जरनैल सिंह भिंडरांवाला नू गालां कढ़दा, उन्हें चकता पई मारता और मर गया, और उसनू हाई टैक किया गया, और इन्ना फेम उनके नाम नाल जुड़िया बई अतवादियों ने, उग्रवादियों ने अवतार पाश नू मारता, जेड़ा कि लिखदा सीगा उन्हां दे बारे ही
ਏਜੰਡੇ ਨੂੰ ਲੈ ਕੇ ਚੱਲਿਆ ਸੀ ਉਹ, ਉਸ ਬਾਰੇ ਉਹ ਲਿਖ ਰਿਹਾ ਸੀ, ਉਸ ਨੂੰ ਹੀ ਮਾਰਤਾ। ਅਵਤਾਰਪਾਤ ਸਹੀ ਸੀ, ਅੱਤਵਾਦ ਉਗਰਵਾਦ ਗਲਤ ਸੀਗਾ। ਇਸ ਤਰੀਕੇ ਦਾ ਇੱਕ ਆਡੰਬਰ ਹੈ ਜੋ, ਔਰ ਅਵਤਾਰ ਪਾਸ਼ ਜਿਹੜਾ ਕਿ ਸਿਰਫ ਜਿੰਦੀਆਂ ਤਿੰਨ ਹੀ ਰਚਨਾਵਾਂ ਸੀਗੀਆਂ, ਤਿੰਨ ਹੀ ਕਵਿਤਾਵਾਂ ਕਾਵਿ ਸੰਗ੍ਰਹਿ ਉਹਨੇ ਲਿਖੇ ਹੈ, ਤਿੰਨ ਹੀ ਕਾਵਿ ਸੰਗ੍ਰਹਿ ਲਿਖੇ। ਇੱਕੋ ਇੱਕ ਪੰਜਾਬੀ ਸਾਹਿਤ ਦਾ ਸ਼ਾਇਰ ਜਿਸਦੇ ਜਿੰਦੇ ਜੀ ਕਾਵਿ ਸੰਗ੍ਰਹਿ ਨੇ ਜਿਹੜੇ ਉਹ ਘੱਟ ਨੇ, ਔਰ ਮਰਨ ਤੋਂ ਬਾਅਦ ਜਿਹੜੇ ਕਾਵਿ ਸੰਗ੍ਰਹਿ ਨੇ ਉਹ ਬਹੁਤ ਜ਼ਿਆਦਾ ਹੈ। ਵੱਡੇ ਸਕੇਲ 'ਤੇ ਇਹਨੂੰ ਬਹੁਤ ਵੱਡਾ ਕਵੀ ਹੈ ਜੋ ਬਣਾਇਆ ਗਿਆ। ਕਵੀ ਤਾਂ ਸੀਗਾ, ਚੰਗਾ ਕਵੀ ਸੀਗਾ, ਪਰੰਤੂ ਜਿੰਨਾ ਇਹਨੂੰ ਫੇਮ ਮਿਲਿਆ ਓਨਾ ਵੱਡਾ ਕਵੀ ਆ ਨਹੀਂ ਸੀਗਾ। ਯੂਨੀਵਰਸਿਟੀ ਦੇ ਸਿਲੇਬਸ ਆ 'ਚ, ਬੀ ਏ ਦੇ ਸਿਲੇਬਸ, ਐੱਮ ਏ ਦੇ, ਬਾਰ੍ਹਵੀਂ ਦੇ ਸਿਲੇਬਸ, ਸਾਰਿਆਂ 'ਚ ਇਹਨੂੰ ਸ਼ਾਮਿਲ ਕੀਤਾ ਗਿਆ। ਵਾਰ ਵਾਰ ਜਦੋਂ ਲੋਕ ਪੜ੍ਹਨ ਲੱਗੇ ਤਾਂ ਚੰਗਾ ਲੱਗਣ ਲੱਗਿਆ। ਹੁਣ ਜਿਵੇਂ ਕਿ ਸਾਡਾ ਕੂੜੇ ਵਾਲਾ ਆਉਂਦਾ ਬਈ, ਤਾਂ ਉਹ ਕਹਿੰਦਾ ਗਾਡੀ ਵਾਲਾ ਆਇਆ ਕਚਰਾ ਨਿਕਾਲ, ਗਾਡੀ ਵਾਲਾ ਆਇਆ ਕਚਰਾ ਨਿਕਾਲ। ਅਤੇ ਆਹ ਜਿਹੜਾ ਕਵਿਤਾ ਸਮਝ ਲਓ, ਆ ਗਾਣਾ ਸਮਝ ਲਓ, ਸਾਨੂੰ ਵੀ ਬੜਾ ਪਿਆਰਾ ਲੱਗਦਾ, ਕਈ ਸਾਲਾਂ ਤੋਂ ਸੁਣ ਰਹੇ ਹਾਂ, ਔਰ ਸਾਡੇ ਬੱਚਿਆਂ ਨੂੰ ਵੀ ਬੜਾ ਪਸੰਦ ਹੈ, ਸਾਰਾ ਹੀ ਯਾਦ ਹੋ ਗਿਆ, ਔਰ ਗਾਣੇ 'ਚ ਕੁਛ ਵੀ ਨਹੀਂ ਹੈ, ਨੀਟੂ ਸ਼ਟਰਾਂ ਵਾਲੇ ਕੈਡਰ ਦਾ ਇਹ ਗਾਣਾ ਹੈਗਾ। ਅਤੇ ਧੀਰੇ ਧੀਰੇ ਕੋਈ ਵੀ ਚੀਜ਼ ਹੈ, ਅਗਰ ਤੁਸੀਂ ਲਗਾਤਾਰ ਉਸਨੂੰ ਦੇਖਦੇ ਰਹਿੰਦੇ ਹੋ ਤਾਂ ਉਹ ਤੁਹਾਨੂੰ ਬਹੁਤ ਸੋਹਣੀ ਲੱਗਣ ਲੱਗ ਜਾਂਦੀ ਹੈ, ਭਾਵੇਂ ਉਹ ਇੰਨੀ ਸੋਹਣੀ ਨਹੀਂ ਗੀ। ਸਭ ਤੋਂ ਵੱਡਾ ਐਗਜ਼ਾਮਪਲ ਹੁੰਦਾ ਹੈ ਆਪਣੇ ਬੱਚੇ, ਜਿਹੜੇ ਕਿ ਇਨਸਾਨ ਨੂੰ ਬਹੁਤ ਪਿਆਰੇ ਹੁੰਦੇ ਹੈ, ਭਾਵੇਂ ਉਹ ਸੋਹਣੇ ਹੋਣ ਜਾਂ ਨਾ ਹੋਣ। ਕਾਵਿ ਰਚਨਾ ਦੀ ਆਪਾਂ ਗੱਲ ਕਰ ਲਈਏ ਭਾਈ, ਆ ਸੀਗਾ। ਤੇ ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਵਤਾਰ ਪਾਸ ਦੇ ਬਾਰੇ ਅੱਗੇ ਬਈ, ਇਹਨੇ ਮਿਲਖਾ ਸਿੰਘ ਦੀ ਸਵੈ ਜੀਵਨੀ ਲਿਖ ਕੇ ਦਿੱਤੀ ਸੀ। ਮਿਲਖਾ ਸਿੰਘ ਦੀ ਸਵੈ ਜੀਵਨੀ ਹੈ ਜੋ ਇਸਨੇ ਲਿਖ ਕੇ ਦਿੱਤੀ ਬਈ, ਫਲਾਇੰਗ ਸਿੱਖ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈ ਜੀਵਨੀ ਹੈ, ਔਰ ਸਭ ਨੂੰ ਪਤਾ ਹੀ ਹੈ ਬਈ ਮਿਲਖਾ ਸਿੰਘ ਹੈ, ਉਹਨੂੰ ਹੀ ਫਲਾਇੰਗ ਸਿੱਖ ਕਹਿੰਦੇ ਹੈ। ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈ ਜੀਵਨੀ, ਅਵਤਾਰ ਪਾਸ਼ ਨੇ ਲਿਖ ਕੇ ਦਿੱਤੀ ਪਈ। ਖੁੱਲੀਆਂ ਕਵਿਤਾਵਾਂ ਲਿਖਦਾ ਸੀ ਮੈਂ, ਜਿਵੇਂ ਕਿ ਹੁਣ ਪੜ੍ਹੀ ਸੀ ਸਭ ਤੋਂ ਖਤਰਨਾਕ ਕਵਿਤਾ, ਖੁੱਲੀਆਂ ਕਵਿਤਾਵਾਂ, ਗੀਤ, ਗਜ਼ਲ, ਬੋਲੀਆਂ, ਦੋਹੇ ਉਸਨੇ ਲਿਖੇ ਹੈ। ਕਹਿੰਦੀ ਜਿਹੜੀ ਵਿਧੀ ਸੀ, ਸੰਭਾਸ਼ਣ ਵਿਧੀ ਤੇ ਵਿਵਰਣਾਤਮਕ ਵਿਧੀ ਪਈ, ਸੰਭਾਸ਼ਣ ਤੇ ਵਿਵਰਣਾਤਮਕ ਵਿਧੀ। ਇਹਨਾਂ ਵਿੱਚੋਂ ਜੇ ਆਪਾਂ ਭਾਸ਼ਣ ਕੱਢ ਲਈਏ ਆਸਾਨੀ ਨਾਲ ਤੁਹਾਨੂੰ ਸਮਝ ਆ ਜਾਊਗਾ, ਭਾਸ਼ਣ ਹੋਣ ਇਹਦੇ ਵਿੱਚੋਂ ਵਿਵਰਣ ਕੱਢ ਲਈਏ, ਇਹਦੇ ਵਿੱਚੋਂ ਵਿਵਰਣ। ਬੜੇ ਤੁਸੀਂ ਇਗਜ਼ਾਮ ਦਿੱਤੇ ਹੋਣੇ ਯਾਰ, ਇਗਜ਼ਾਮਾਂ ਦੇ ਅੰਦਰ ਲਿਖਿਆ ਹੋਇਆ ਫਲਾਣਾ ਦੋ ਤਿੰਨ ਲੈਣਾ, ਫਿਰ ਲਾਸਟ ਲਿਖਿਆ ਸੀ ਵਿਵਰਣ ਕਰੋ, ਵਰਣਨ ਕਰੋ, ਵਿਵਰਣ ਕਰੋ। ਸੰਭਾਸ਼ਣ ਤਾਂ ਇਵੇਂ ਲੱਗਦਾ ਜਿਵੇਂ ਕਿ ਉਹ ਭਾਸ਼ਣ ਦੇ ਵਿੱਚ ਲਿਖ ਰਿਹਾ ਹੋਵੇ ਬਈ, ਸੰਭਾਸ਼ਣ ਤਾਂ ਹੈ, ਸੰਭਾਸ਼ਣ ਵਿਧੀ ਹੈ, ਔਰ ਫਿਰ ਉਸ ਤੋਂ ਬਾਅਦ ਵਿਵਰਣ ਦੇ ਰੂਪ ਵਿੱਚ ਕਵਿਤਾਵਾਂ ਲਿਖੀਆਂ, ਰਚਨਾਵਾਂ ਲਿਖੀਆਂ, ਤੇ ਉਸ ਕਾਰਨ ਵਿਵਰਣਾਤਮਕ ਵਿਧੀ। ਇਹਨਾਂ ਜੋ ਵਿਧੀਆਂ ਅਪਣਾਈਆਂ, ਸੰਭਾਸ਼ਣਤਾ ਤੇ ਵਿਵਰਣਾਤਮਕ ਵਿਧੀਆਂ। ਸਿਆੜ, ਹੇਮ ਜਯੋਤੀ, ਹਾਕ, ਐਂਟੀ 47, ਇਹ ਇਹਦੇ ਇਹਨੇ ਕੋਈ ਪੱਤਰ ਕੱਢੇ ਹੈ ਬਈ, ਮੈਗਜ਼ੀਨ ਕੱਢੇ ਸੀ ਜਿਹੜੇ, ਉਹਦੀਆਂ ਗੱਲ ਕਰੀਏ ਬਈ। ਸਿਆੜ ਹੈ ਜੋ, ਉਹ ਮੈਂ ਪਹਿਲਾਂ ਲਿਖ ਦਿੱਤਾ ਸੀਗਾ, ਹੇਮ ਜਯੋਤੀ ਹੇਮ ਜਯੋਤੀ ਤੋਂ ਬਾਅਦ ਗੱਲ ਕਰੀਏ ਐਂਟੀ 47 ਬਈ, ਹਾਕ ਐਂਟੀ 47, ਹਾਕ ਹੋ ਗਿਆ, ਐਂਟੀ 47 ਫਰੰਟ ਵਰਗੀਆਂ ਲਿਖੀਆਂ ਬਈ। ਇਹ ਉਹਨੇ ਕੁਛ ਮੈਗਜ਼ੀਨ ਲਿਖੇ ਹੈ, ਹੇਮ ਜਯੋਤੀ, ਹਾਕ, ਐਂਟੀ 47 ਫਰੰਟ ਵਰਗੇ ਮੈਗਜ਼ੀਨ ਲਿਖੇ ਹੈ, ਛੰਨੀ, ਚਿੜੀਆਂ ਦਾ ਚੰਬਾ, ਕਲਾਮ ਮਿਰਜ਼ਾ ਵਰਗੀਆਂ ਕਵਿਤਾਵਾਂ ਅੰਦਰ ਸੱਭਿਆਚਾਰਕ ਸਮਾਜਿਕ ਸੰਕਲਪਾਂ ਨੂੰ ਪੇਸ਼ ਕੀਤਾ ਹੈ। ਛੰਨੀ,
ਚਿੜੀਆਂ ਦਾ ਚੰਬਾ ਕਲਾਮ ਮਿਰਜ਼ਾ ਸੱਭਿਆਚਾਰਕ ਰੰਗ ਜਿਨ੍ਹਾਂ 'ਚ ਦੇਖਿਆ ਜਾਵੇ ਬਈ ਸੱਭਿਆਚਾਰਕ ਰੰਗ ਵੈਸੇ ਸਭ ਨੇ ਸੁਣਿਆ ਹੀ ਹੋਣਾ ਬਈ ਸਾਡਾ ਚਿੜੀਆਂ ਦਾ ਚੰਬਾ ਵੇ ਬੜੀਆਂ ਜਦੋਂ ਵੀ ਕੋਈ ਵਿਆਹ ਹੁੰਦਾ ਹੈ ਤੇ ਜਨਾਨੀਆਂ ਇਹ ਗੀਤ ਗਾਉਂਦੀਆਂ ਸਾਡਾ ਚਿੜੀਆਂ ਦਾ ਚੰਬਾ ਵੇ ਲੋਕ ਸਾਹਿਤ ਸੀਗਾ ਬਈ ਲੋਕ ਗੀਤ ਸੀ ਪੁਰਾਣੇ ਟਾਈਮ 'ਚ ਹਜੇ ਵੀ ਇਸ ਨੂੰ ਗਾਇਆ ਜਾਂਦਾ ਹੈ ਪਰੰਤੂ ਇਹਦਾ ਜਿਹੜਾ ਚਿੜੀਆਂ ਦਾ ਚੰਬਾ ਹੈ ਉਹ ਜਿਹੜਾ ਚਿੜੀਆਂ ਦਾ ਚੰਬਾ ਸੀ ਉਹ ਕਹਿੰਦੇ ਸਾਡਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲੇ ਅਸੀਂ ਨਹੀਂ ਰਹਿਣਾ ਉਡਾਰੀ ਮਾਰ ਜਾਣੀ ਸਵੇਰੇ ਚਲੇ ਜਾਣਾ ਵਾਪਸ ਜੁੜ ਕੇ ਨਹੀਂ ਰਹਿਣਾ ਇਸ ਤਰੀਕੇ ਨਾਲ ਗੱਲਾਂ ਉਹਦੇ 'ਚ ਕੀਤੀਆਂ ਗਈਆਂ ਨੇ ਪਰੰਤੂ ਅਵਤਾਰ ਪਾਠ ਦਾ ਜਿਹੜਾ ਚਿੜੀਆਂ ਦਾ ਚੰਬਾ ਹੈ ਉਸ 'ਚ ਲਿਖਿਆ ਹੈ ਬਈ ਸਾਡਾ ਚਿੜੀਆਂ ਦਾ ਚੰਬਾ ਕਿੱਥੇ ਵੀ ਨਹੀਂ ਜਾਣਾ ਇਹ ਤੁਹਾਨੂੰ ਆਸੇ ਪਾਸੇ ਹੀ ਮਿਲ ਜੂਗਾ ਔਰ ਇਹ ਟੋਕਰਾ ਗੋਹੇ ਗੋਹੇ ਦਾ ਟੋਕਰਾ ਸਿੱਟਦਾ ਤੁਹਾਨੂੰ ਮਿਲ ਜਾਏਗਾ ਕਿੱਥੇ ਵੀ ਇਸ ਤਰੀਕੇ ਨਾਲ ਉਹਨੇ ਲਿਖਿਆ ਤੇ ਕਹਿਣ ਦਾ ਭਾਵ ਇਹਨਾਂ ਕੁੜੀਆਂ ਵਿਚਾਰੀਆਂ ਨੇ ਕਿੱਥੇ ਜਾਣਾ ਇੱਥੇ ਕਿੱਥੇ ਗੋਹਾਟ ਹੁੰਦੀਆਂ ਆਉਣਗੀਆਂ ਇਸ ਤਰੀਕੇ ਨਾਲ ਇਸਨੇ ਲਿਖਿਆ ਸੱਭਿਆਚਾਰਕ ਜਿਹੜਾ ਰੰਗ ਹੈ ਉਸਦੇ ਅੰਦਰ ਹੈਗਾ ਹੈ ਸੱਭਿਆਚਾਰ ਸਮਾਜਿਕ ਸੰਕਲਪ ਹੈ ਜੋ ਪੇਸ਼ ਕੀਤਾ ਹੈ ਛੰਨੀ ਹੋ ਗਿਆ ਚਿੜੀਆਂ ਦਾ ਚੰਬਾ ਛੰਨੀ ਕਲਾਮ ਮਿਰਜ਼ਾ ਛੰਨੀ ਤੇ ਕਲਾਮ ਮਿਰਜ਼ਾ ਇਹਨਾਂ ਵਿੱਚ ਸੱਭਿਆਚਾਰਕ ਰੰਗ ਪੇਸ਼ ਹੈ ਬਈ ਪਾਸ ਨੇ ਪ੍ਰਚੰਡ ਗੁੱਸੇ ਅਧੀਨ ਖਰਵੇਪਣ ਨੂੰ ਅਪਣਾਇਆ ਹੈ ਖਰਵੇਪਣ ਨੂੰ ਜਿਵੇਂ ਆਪਾਂ ਕਹਿੰਦੇ ਬੰਦਾ ਬੜਾ ਖਰਾ ਬੰਦਾ ਹੈ ਬਈ ਖਰਾ ਜਿਹੜੀਆਂ ਗੱਲਾਂ ਮੂੰਹ ਦੇ ਉੱਤੇ ਕਹਿ ਦਿੰਦਾ ਤੇ ਪਾਸ਼ ਵੀ ਇਹ ਜਿਹਾ ਸੀਗਾ ਪਾਸ਼ ਨੇ ਆਪਣਾ ਜਿਹੜਾ ਪ੍ਰਚੰਡ ਗੁੱਸੇ ਅਧੀਨ ਜਿਹੜਾ ਖਰਵਾਪਣ ਸੀ ਉਸ ਨੂੰ ਅਪਣਾਇਆ ਤੇ ਸਥਾਪਿਤ ਜਿਹੜੇ ਉਹਦੇ ਸਥਾਪਿਤ ਪ੍ਰਤੀਮਾਨ ਸੀਗੇ ਸਥਾਪਿਤ ਪ੍ਰਤੀਮਾਨਾਂ ਤੋਂ ਵਿਫਤਨ ਕਾਰਨ ਪਾਸ਼ ਦੀ ਸ਼ੈਲੀ ਵੱਖਰੀ ਹੈ ਜਿਹੜੇ ਸਥਾਪਿਤ ਪ੍ਰਤੀਮਾਨ ਸੀ ਉਹਨਾਂ ਦੇ ਵਿਫਤਨ ਕਾਰਨ ਵਿਫਤਨ ਸ਼ਬਦ ਨੂੰ ਆਪਾਂ ਨੂੰ ਸਮਝਣਾ ਪਏਗਾ ਬਈ ਜਿਹੜੀ ਸਥਾਪਿਤ ਸ਼ੈਲੀ ਹੈ ਸਰਲ ਹੈ ਸ਼ਬਦ ਬੜਾ ਸਰਲ ਹੈ ਬਈ ਵਿਫਤਨ ਠੀਕ ਹੈ ਇਹ ਸ਼ਬਦ ਬਣਿਆ ਵੀ ਪਲੱਸ ਪਥ ਵੀ ਪਲੱਸ ਪਥ ਇੱਕ ਤਾਂ ਪਥ ਦੀ ਤਰਫ ਚੱਲਣਾ ਰਾਸਤੇ ਦੀ ਤਰਫ ਚੱਲਣਾ ਇੱਕ ਵੀ ਪਥ ਰਾਸਤੇ ਤੋਂ ਇੱਧਰ ਉੱਧਰ ਚੱਲਣਾ ਬਈ ਰਾਸਤੇ ਤੋਂ ਇੱਧਰ ਉੱਧਰ ਚੱਲਣਾ ਆਪਣੀ ਕਵਿਤਾ ਕਿਸੇ ਰਾਸਤੇ ਟਾਰਗੇਟ ਤਰਫ ਜਾ ਰਹੀ ਹੈ ਆਸੇ ਪਾਸੇ ਵਾਲੀ ਗੱਲਾਂ ਵੀ ਕਰਦੇ ਹੈ ਤਾਂ ਵਿਫਤਨ ਤਾਂ ਇਸ ਦੀ ਜਿਹੜੀ ਕਾਵ ਸ਼ੈਲੀ ਸੀ ਵੀ ਪਥ ਪਥ ਤੋਂ ਵਿਮੁੱਖ ਹੋ ਜਾਣਾ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਜਾਣਾ ਪਾਸ਼ ਨੇ ਪ੍ਰਚੰਡ ਗੁੱਸੇ ਅਧੀਨ ਪ੍ਰਚੰਡ ਗੁੱਸੇ ਅਧੀਨ ਖਰਵੇਪਣ ਨੂੰ ਅਪਣਾਇਆ ਔਰ ਸਥਾਪਿਤ ਪ੍ਰਤੀਮਾਨਾਂ ਤੋਂ ਵਿਫਤਨ ਕਾਰਨ ਉਹਦੀ ਸ਼ੈਲੀ ਹੈ ਜਿਹੜੀ ਉਹ ਖਾਸ ਬਣ ਜਾਂਦੀ ਹੈ ਕਾਮਰੇਡ ਨਾਲ ਗੱਲਬਾਤ ਸਵੈ ਪੜਚੋਲ ਦੀ ਕਵਿਤਾ ਹੈ ਸਾਡੇ ਸਮਿਆਂ ਦੇ ਵਿੱਚ ਹੈ ਬਈ ਕਾਮਰੇਡ ਨਾਲ ਗੱਲਬਾਤ ਕਾਮਰੇਡ ਨਾਲ ਗੱਲਬਾਤ ਸਵੈ ਪੜਚੋਲ ਦੀ ਕਵਿਤਾ ਸਵੈ ਪੜਚੋਲ ਦੀ ਕਵਿਤਾ ਹੈ ਬਈ ਕਾਮਰੇਡ ਨਾਲ ਗੱਲਬਾਤ ਹੈ ਜੋ ਉਹ ਸਵੈ ਪੜਚੋਲ ਦੀ ਕਵਿਤਾ ਹੈ ਇਸ ਦੇ ਵਿੱਚ ਆਪਣਾ ਉਹਨੇ ਪੜਚੋਲ ਕੀਤਾ ਹੈ ਸਾਡੇ ਸਮਿਆਂ 'ਚ ਉਸ 'ਚੋਂ ਲਿੱਤੀ ਗਈ ਹੈ ਜਸਵਿੰਦਰ ਸਿੰਘ ਮਾਨ ਸਿੰਘ ਢੀਂਡਸਾ ਕੀ ਕਹਿੰਦਾ ਹੈ ਜਸਵਿੰਦਰ ਸਿੰਘ ਮਾਨ ਸਿੰਘ ਢੀਂਡਸਾ ਪਾਸ ਨੇ ਸਥਾਪਤੀ ਦੇ ਵਿਰੋਧ ਨੂੰ ਕਿਸਾਨੀ ਪਿਛੋਕੜ 'ਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਉਸਦੇ ਕਾਵ ਕ੍ਰਾਂਤੀ ਦੀ ਤੜਪ ਦਾ ਮੈਟਾਫਰ ਹੋ ਨਿਬੜਿਆ ਭਾਈ ਕ੍ਰਾਂਤੀ ਦੀ ਤੜਫ ਦਾ ਮੈਟਾਫਰ ਹੋ ਨਿਬੜਿਆ ਬਈ ਪਾਸ ਨੇ ਕੀ ਕੀਤਾ ਹੈ ਜਸਵਿੰਦਰ ਸਿੰਘ ਮਾਨ ਸਿੰਘ ਢੀਂਡਸਾ ਕੀ ਕਹਿੰਦੇ ਹੈ ਕਿ ਪਾਸ ਨੇ ਸਥਾਪਤੀ ਦਾ ਵਿਰੋਧ ਕੀਤਾ ਹੈ ਸਥਾਪਤੀ ਦਾ ਜੋ ਸਥਾਪਿਤ ਲੋਕ ਹੈ ਕਿਉਂਕਿ ਮਾਰਕਸਵਾਦੀ ਕੀ ਕਰਨਗੇ ਮਾਰਕਸਵਾਦੀ ਵਿਚਾਰਧਾਰਾ ਹੀ ਇਹ ਹੈ ਜਿਹੜੇ ਸਥਾਪਤੀ ਸਦੀਆਂ ਤੋਂ ਚਲਾ ਆ ਰਿਹਾ ਜਿਹੜਾ ਰਾਜਤੰਤਰ ਹੈ ਉਹਨੂੰ ਖਤਮ ਕਰਨਾ ਹੈ ਵਰਗ ਸੰਘਰਸ਼ ਹੈ ਵਰਗ ਸੰਘਰਸ਼ ਦੇ ਵਿੱਚ ਜਿਹੜਾ ਕਿਰਤੀ ਹੈ ਉਸ ਨੂੰ ਉਹਦਾ ਹੱਕ ਦਿਵਾਉਣਾ ਹੈ ਭਾਈ ਤੇ ਪਾਸ ਦਾ ਵਿਆਹ ਸੀ ਸਥਾਪਤੀ ਦਾ ਵਿਰੋਧ ਸੀ ਔਰ ਕਿਸਾਨੀ ਪਿਛੋਕੜ 'ਚ ਇਸ ਤਰ੍ਹਾਂ ਉਹਨੇ ਪੇਸ਼ ਕੀਤਾ ਹੈ ਕਿ ਕ੍ਰਾਂਤੀ ਤੜਪ ਹੈ ਜੋ ਬਣ ਗਈ ਹੈ ਲੋਕਾਂ ਦੇ ਮਨ ਵਿੱਚ ਕ੍ਰਾਂਤੀ ਕਰਨ ਦਾ ਜਜ਼ਬਾ ਹੈ ਜੋ ਉਹ ਪੈਦਾ ਹੋ ਗਿਆ ਕਿਉਂਕਿ ਇਹ ਵਰਸੋਇਆ ਹੋਇਆ ਬਈ ਕ੍ਰਾਂਤੀ ਨੂੰ ਪਾਸ ਦੀ ਵਿਚਾਰਧਾਰਕ ਸੋਝੀ ਮੁਤਾਬਕ ਇੱਕੋ ਇੱਕ ਰਾਹ ਯੁੱਧ ਦਾ ਹੈ ਭਾਈ ਜ਼ਿੰਦਗੀ ਦੀ ਸਮੁੱਚਤਾ ਚਾਹ ਸਿਰਜਣਾ ਯੁੱਧ ਦਾ ਕਰਿਸ਼ਮਾ ਹੈ ਜੇ ਆਪਾਂ ਯੁੱਧ ਕਰਾਂਗੇ ਉਸ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਆਵੇਗੀ ਨਵਾਂ ਉਲਾਸ ਹੋਵੇਗਾ ਇੱਕ ਨਵਾਂਪਣ ਰਹੇਗਾ ਤਾਂ ਉਹ ਕਹਿੰਦਾ ਸੀ ਇੱਕੋ ਇੱਕ ਰਾਹ ਯੁੱਧ ਦਾ ਅਖੀਰ 'ਚ ਤੁਸੀਂ ਦੇਖਿਆ ਹੋਵੇਗਾ ਇੱਕ ਛੋਟੇ ਪੱਖ 'ਤੇ ਇਸ ਨੂੰ ਆਪਾਂ ਇਸ ਗੱਲ ਨੂੰ ਸਮਝ ਲੈਂਦੇ ਜਦੋਂ ਵੀ ਆਪਣੀ ਕਿਸੇ ਨਾਲ ਨਹੀਂ ਬਣਦੀ ਪਹਿਲਾਂ ਥੋੜ੍ਹੀ ਥੋੜ੍ਹੀ ਟੱਚੋ ਪੱਟ ਚੜੋ ਇੱਕ ਦਿਨ ਲੜਾਈ ਹੋ ਜਾਂਦੀ ਹੈ ਇੱਕ ਦਿਨ ਲੜਾਈ ਹੋ ਜਾਂਦੀ ਹੈ ਆਪਾਂ ਦੋ ਮਾਰ ਲੈਂਦੇ ਹਾਂ ਚਾਰ ਧਰ ਲੈਂਦੇ ਹੈਗੇ ਹੈ ਉਸ ਤੋਂ ਬਾਅਦ ਆਪਣਾ ਨੂੰ ਵੀ ਟਕਾ ਜਾਂਦਾ ਅਗਲਿਆਂ ਨੂੰ ਟਕਾ ਜਾਂਦਾ ਆਪਣੀ ਵੀ ਸ਼ਾਂਤੀ ਹੋ ਗਈ ਉਹਨਾਂ ਦੀ ਵੀ ਸ਼ਾਂਤੀ ਹੋ ਗਈ ਇਸ ਨੂੰ ਵੱਡੇ ਪੱਧਰ 'ਤੇ ਸਮਝ ਲਈਏ ਤਾਂ ਇੱਕ ਇੱਕ ਰਾਹ ਯੁੱਧ ਹੈ
ਜ਼ਿੰਦਗੀ ਦੀ ਸਮੁੱਚਤਾ ਚਾਹ ਸਿਰਜਣਾ ਇਹ ਯੁੱਧ ਦਾ ਕ੍ਰਿਸ਼ਮਾ ਹੈ। ਮਰਨੋ ਸ਼ਾਂਤੀ ਉਸ ਨੂੰ ਕਦਾਚਿਤ ਪ੍ਰਵਾਨ ਨਹੀਂ, ਸੁਪਨਿਆਂ ਦਾ ਮਰ ਜਾਣਾ, ਜ਼ਮੀਰ ਦਾ ਮਰ ਜਾਣਾ ਉਸ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ। ਇਸ ਬਾਰੇ ਆਪਾਂ ਉਹਦੀ ਕਵਿਤਾ ਪੜ੍ਹੀ ਸੀਗੀ। ਪਾਸ ਦੀ ਜਿਹੜੀ ਪਹਿਲੀ ਦੌਰ ਦੀ ਕਵਿਤਾ ਹੈ, ਇਸ ਦੇ ਬਾਰੇ ਮੈਂ ਉਹਦੀ ਜਿਹੜੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਸੀ ਉਦੋਂ ਵੀ ਮੈਂ ਤੁਹਾਨੂੰ ਦੱਸਿਆ ਸੀ ਪਾਸ ਦੀ ਜਿਹੜੀ ਪਹਿਲੇ ਦੌਰ ਦੀ ਕਵਿਤਾ 'ਚ ਕ੍ਰਾਂਤੀ ਦੇ ਨਕਸ਼ ਨੇ, ਔਰ ਅਗਲੇ ਦੂਸਰੇ ਦੌਰ 'ਚ ਕਵਿਤਾ ਦੇ ਵਿੱਚ ਸਵੈ ਦੀ ਨਿਰਪੱਖ ਤ੍ਰਾਸਦ ਚੇਤਨਾ ਅਖੋਤੀ ਕ੍ਰਾਂਤੀਕਾਰੀਆਂ ਦੇ ਪਾਖੰਡ ਲੁਟੇਰੇ ਜਮਾਤ ਦੇ ਆਂਤਰਿਕ ਖਾਸੇ ਉਹਦੇ ਪਾਸਾਰ ਨੂੰ ਉਭਾਰਿਆ ਹੈ। ਉਹ ਸਵੈ ਸੰਵੇਦਨਾ ਨਵੇਂ ਸਰੋਕਾਰਾਂ ਨੂੰ ਜ਼ੁਬਾਨ ਦਿੰਦਾ ਹੈ। ਪਹਿਲੇ ਦੌਰ 'ਚ ਕੀ ਇਹ ਕ੍ਰਾਂਤੀ ਦਾ ਨਕਸ਼ ਹੈ? ਲਓ ਜੀ, ਪਹਿਲਾ ਜਿਹੜਾ ਪਹਿਲਾ ਦੌਰ ਹੈ ਕ੍ਰਾਂਤੀ ਦੀ ਗੱਲ ਕਰਦਾ ਹੈ, ਉਹ ਕ੍ਰਾਂਤੀ ਦੀ ਗੱਲ ਕਰਦਾ ਹੈ, ਪਰੰਤੂ ਦੂਜੇ ਦੌਰ ਦੇ ਅੰਦਰ ਉਹ ਗੱਲ ਕਰਦਾ ਹੈ ਸਵੈ ਦੇ ਨਿਰਪੱਖ, ਦੂਜਾ ਸਵੈ ਦੇ ਨਿਰਪੱਖ, ਸਵੈ ਦੇ ਨਿਰਪੱਖ ਤ੍ਰਾਸਦ ਚੇਤਨਾ ਤ੍ਰਾਸਦ ਚੇਤਨਾ ਸਵੈ ਦੇ ਨਿਰਪੱਖ ਤ੍ਰਾਸਦ ਚੇਤਨਾ ਅਖੌਤੀ ਕ੍ਰਾਂਤੀਕਾਰੀਆਂ ਦੇ ਪਾਖੰਡ ਨੂੰ ਉਹਨੇ ਉਗਾੜਿਆ ਹੈ। ਲੁਟੇਰਾ ਜਮਾਤ ਹੈ ਜਿਹੜੀ, ਉਸਦਾ ਉਹਨੇ ਉਸਦੇ ਜਿਹੜੇ ਪਾਖੰਡ ਸੀ ਉਸਨੂੰ ਵੀ ਉਗਾੜਿਆ ਹੈ। ਨਵੇਂ ਸਰੋਕਾਰਾਂ ਨਵੇਂ ਸੰਵੇਦਨਾ ਨੂੰ ਉਸਨੇ ਜ਼ੁਬਾਨ ਦਿੱਤੀ ਹੈ। ਉਹ ਦੇਸ਼ ਪ੍ਰਦੇਸ਼ ਪੱਤਰ ਸੀ ਬਈ ਲੰਡਨ ਤੋਂ ਜਿਹੜਾ ਪ੍ਰਕਾਸ਼ਿਤ ਹੋਇਆ ਸੀਗਾ, ਉਸਦਾ ਪ੍ਰੇਰਕ ਰਿਹਾ ਹੈ ਕੋਹਜ ਚੋਂ ਸੋਹਜ, ਕੋਹਜ ਦੇ ਵਿੱਚੋਂ ਸੋਹਜ, ਕੋਹਜ ਚੋਂ ਸੋਹਜ ਤਲਾਸਣ ਦਾ ਯਤਨ ਸ਼ਿਵ ਕੁਮਾਰ ਨੇ ਵੀ ਕੀਤਾ ਸੀ, ਪਰੰਤੂ ਪਾਸ ਨੇ ਵੀ ਕੀਤਾ ਹੈ, ਪਰੰਤੂ ਦੋਨਾਂ ਦਾ ਜਿਹੜਾ ਉਦੇਸ਼ ਹੈ ਵੱਖਰਾ ਵੱਖਰਾ ਹੈ। ਸ਼ਿਵ ਕੁਮਾਰ ਸੀ ਉਹ ਸੋਝਵਾਦੀ ਕਵੀ ਸੀ, ਪਰੰਤੂ ਅਵਤਾਰ ਪਾਸ਼ ਹੈ ਜੋ ਕ੍ਰਾਂਤੀਕਾਰੀ ਹੈ, ਮਾਰਕਸਵਾਦੀ ਹੈਗਾ ਬਈ, ਇਨਕਲਾਬੀ ਹੈ, ਜੁਝਾਰਵਾਦੀ ਕਵੀ ਹੈ। ਦੋਹਾਂ ਦੇ ਉਦੇਸ਼ ਨੇ ਵੱਖਰੇ ਵੱਖਰੇ ਨੇ। ਕੋਹਜ ਦੇ ਵਿੱਚੋਂ ਸੋਹਜ ਨੂੰ, ਚੰਗੇਪਣ ਨੂੰ ਉਸਨੇ ਉਚਾਰਿਆ। ਕੋਝਾ ਕੋਝਾ ਬਈ, ਕੋਝਾ ਬਾਗਲੀ ਦੇ ਸ਼ਬਦ ਹੈ ਕੋਝੋ। ਕੋਹਜ ਦੇ ਵਿੱਚੋਂ ਸੋਹਜ ਨੂੰ ਕੱਢਿਆ ਸ਼ਿਵ ਕੁਮਾਰ ਬਟਾਲਵੀ ਨੇ ਵੀ, ਅਵਤਾਰ ਪਾਸ਼ ਨੇ ਵੀ, ਪਰੰਤੂ ਇਹਦਾ ਤਰੀਕਾ ਵੱਖਰਾ ਸੀ, ਕ੍ਰਾਂਤੀਕਾਰੀ। ਬੁਰਜੂਆ ਜਮਾਤ ਦੀ ਗੱਲ ਕਰ ਲਈਏ, ਬੁਰਜੂਆ ਦਾ ਹੁੰਦਾ ਪੂੰਜੀਪਤੀ, ਹੋਰ ਪ੍ਰੋਲੋਤਰੀ ਹੁੰਦਾ ਹੈ ਕਿਰਤੀ। ਹੋਰ ਵਰਗ ਸੰਘਰਸ਼ ਦੀ ਗੱਲ ਆ ਗਈ, ਵਰਗ ਸੰਘਰਸ਼ ਦੇ ਅੰਦਰ ਹੀ ਆਈ ਬੰਦੇ ਆ ਬਈ, ਬੁਰਜੂਆ ਤੇ ਪ੍ਰੋਲੋਤਰੀ, ਪੂੰਜੀਪਤੀ ਤੇ ਕਿਰਤੀ। ਸਮਾਜ ਦੀ ਵਿਵਸਥਾ ਪ੍ਰਤੀ ਅੰਤਾਂ ਦੀ ਨਫ਼ਰਤ ਹੈ ਉਸਨੂੰ, ਜਿਹੜੀ ਬੁਰਜੂਆ ਸਮਾਜ ਪੂੰਜੀਪਤੀਆਂ ਦੇ ਪ੍ਰਤੀ ਅੰਤਾਂ ਦੀ ਨਫ਼ਰਤ ਹੋਣ ਕਾਰਨ ਉਸਦੀ ਸ਼ੈਲੀ 'ਚ ਖਰਵਾਪਣ ਵੀ ਹੈ, ਖਰੀਆਂ ਖਰੀਆਂ ਗੱਲਾਂ ਸੁਣਾਉਂਦਾ ਹੈ, ਇਹ ਭਾਵਾਂ ਅਨੁਸਾਰ ਸਹੀ ਤੇ ਢੁੱਕਵਾਂ ਵੀ ਹੈ। ਹੁਣ ਅਮਰਜੀਤ ਗਰੇਵਾਲ, ਅਮਰਜੀਤ ਗਰੇਵਾਲ ਕੀ ਕਹਿੰਦਾ ਹੈ ਕਿ ਇੰਜ ਲੱਗਦਾ ਹੈ ਕਿ ਸ਼ਾਇਦ ਪਾਸ ਫਾਸਿਜ਼ਮ ਖਿਲਾਫ ਸੰਪੂਰਨ ਯੁੱਧ ਛੇੜਨ ਵਾਲਾ ਪੰਜਾਬੀ ਦਾ ਪਹਿਲਾ ਸ਼ਾਇਰ ਹੈ। ਅਮਰਜੀਤ ਗਰੇਵਾਲ ਕਹਿ ਰਿਹਾ ਬਈ, ਫਾਸਿਜ਼ਮ ਦੇ ਖਿਲਾਫ ਸੰਪੂਰਨ ਯੁੱਧ ਛੇੜਨ ਵਾਲਾ ਪਹਿਲਾ ਪੰਜਾਬੀ ਸ਼ਾਇਰ ਅਵਤਾਰ ਪਾਸ਼। ਇਹ ਗੱਲ ਕਹੀ ਹੈ ਅਮਰਜੀਤ ਗਰੇਵਾਲ ਨੇ, ਕਿੱਧਰ ਹੋਰ ਕਿਸੇ ਦੇ ਪੱਲੇ ਠੋਕ ਦੋ, ਪਰ ਇਹ ਗੱਲ ਠੀਕ ਨਹੀਂ ਹੈ, ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਸ ਤਰੀਕੇ ਨਾਲ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤਾ ਹੈ। ਇਹ ਕਹਿਣਾ ਢੁੱਕਵਾਂ ਹੈ ਕਿ ਪਾਸ 20ਵੀਂ ਸਦੀ 'ਚ ਪੈਦਾ ਹੋਣ ਵਾਲਾ ਨਾਨਕ ਦਾ ਸ਼ਾਇਦ ਇੱਕੋ ਇੱਕ ਸੱਚਾ ਵਾਰਿਸ ਹੈ। ਇਹ ਗੱਲ ਅਮਰਜੀਤ ਗਰੇਵਾਲ ਦੀ ਹੈ, ਕਿੱਧਰ ਹੋਰ ਕਿਸੇ ਨਾਲ ਚੇਪ ਦਿਓ ਤੁਸੀਂ। ਪਾਸ਼ ਮਿੱਥ ਭੰਜਕ ਹੈ, ਉਸਨੇ ਮਿੱਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ ਬਈ, ਮਿੱਥ ਭੰਜਕ ਹੈਗਾ ਉਹ, ਉਸਦੀਆਂ ਕਵਿਤਾਵਾਂ 'ਚ ਰੰਗ ਸੰਬੋਧਨੀ ਤੇ ਸੰਵਾਦ ਦੀ ਹੈ। ਲਓ ਜੀ, ਮਿੱਥ ਭੰਜਕ, ਸੰਵਾਦੀ, ਸੰਬੋਧਨੀ। ਜਦੋਂ ਮਿੱਥ ਭੰਜਕ ਦੀ ਗੱਲ ਆ ਗਈ, ਜਦੋਂ ਮਾਰਕਸਵਾਦ ਦੀ ਗੱਲ ਆ ਗਈ, ਮਾਰਕਸਵਾਦ ਹੈ ਜੋ ਰੱਬ ਨੂੰ ਨਹੀਂ ਮੰਨਦਾ ਬਈ, ਰੱਬ ਨੂੰ ਮਾਰਕਸਵਾਦ ਨਹੀਂ ਮੰਨਦਾ ਹੈ, ਆਹ ਚੀਜ਼ ਧਿਆਨ ਦੇਣ ਯੋਗ ਹੈ। ਹੋਰ ਰੱਬ ਜਿਹੜਾ ਖੜਾ ਉਹ ਮਿਥਿਹਾਸ ਤੇ ਖੜਾ ਹੈ, ਵਿਸ਼ਵਾਸ ਤੇ ਖੜਾ ਹੈ। ਲੋਕ ਇਹ ਮੰਨ ਲੈਂਦੇ ਕ੍ਰਿਸ਼ਨ ਜੀ ਨੇ ਆਪਣੀ ਉਂਗਲ ਦੇ ਉੱਤੇ ਪਹਾੜ ਚੁੱਕ ਲਿਆ ਸੀ, ਹਨੂੰਮਾਨ ਜੀ ਉੜਦੇ ਸੀ ਮੂੰਹ 'ਚ ਪਾ ਗਏ, ਬਾਬਾ ਦੀਪ ਸਿੰਘ ਜੀ ਨੇ ਤਲੀ ਦੇ ਉੱਤੇ ਸੀਸ ਰੱਖ ਲਿਆ ਸੀ ਬਈ, ਇਹ ਲੋਕ ਗੱਲਾਂ ਮੰਨਦੇ ਨੇ। ਪਰੰਤੂ ਪਾਸ ਹੈ ਮਾਰਕਸਵਾਦੀ ਹੈ, ਮਾਰਕਸਵਾਦੀ ਹੋਣ ਦੇ ਕਾਰਨ
फिर मिथ भंजकता आऊगा, वह मिथा भन्न वाला है, उसने मिथ न गुलामी के संद वजो भी वरत्या है। वह कहता कि लोग जेड़े है मिथ न गुलामी के संद वजो पछाणिया है, क्योंकि जे तुसी किसे उत्ते बहुत ज्यादा राज करना है तो अपने मिथ बनाने पैणगे, लोगों को अपने पिछे लाना पवेगा और दसना पवेगा तुहाडी किस्मत माड़ी सी इस कारण तुसी माड़े हो और तुसी इसी जोगे हो, साडी किस्मत चंगी सी इस कारण असीं चंगा सुख भोग रहे हैं, इहदे विच साडा कोई कसूर नहीं, उस परमात्मा ने सानूं चंगी किस्मत बख्शी राजा बनाता, तुहानूं बेकार किस्मत बख्शी तुसी भोगो। ओ मिथ भंजक है, उसने मिथ नूं गुलामी दे सद संद वजों पछाणिया है, बई लोगों उत्ते अगर गुलामी कराणी है ਤਾਂ ਮਿਥ ਨੂੰ ਅਪਣਾਉਣੇ ਪੈਣਗੇ। ਅਜਿਹੇ ਹੋਰ ਮਿਥ, ਇਹ ਤਾਂ ਭਗਵਾਨਾਂ ਤੋਂ ਸੰਬੰਧਿਤ ਸੀਗੇ, ਪੁਰਾਣੇ ਟਾਈਮ 'ਚ ਰਾਜਿਆਂ ਤੋਂ ਸੰਬੰਧਿਤ ਜਾਂ ਵੱਡੇ ਵੱਡੇ ਜਿਹੜੇ ਸਾਮੰਤ ਹੁੰਦੇ ਸੀ ਜਾਂ ਵੱਡੇ ਜਿਹੜੇ ਪੂੰਜੀਪਤੀ ਹੁੰਦੇ ਸੀ, ਉਸ ਤੋਂ ਸੰਬੰਧਿਤ ਵੀ ਮਿਥ ਬਣ ਚੁੱਕਿਆ ਹੁੰਦਾ ਹੈ ਜਿਹੜਾ ਕਿ ਨਹੀਂ ਟੁੱਟਦਾ। ਔਰ ਲੋਕ ਸੋਚਦੇ ਨਹੀਂ ਸਾਡੇ ਤੋਂ ਆ ਨਹੀਂ ਹੋਣਾ, ਹੁਣ ਕਿਸੇ ਨੇ ਆਹ ਵੀ ਮਿਥ ਬਣਾ ਲਿਆ ਹੋਣਾ ਬਈ 16.5 ਲੱਖ ਬੰਦੇ ਹੈ ਹੋਰ ਬਈ ਕਿੱਥੇ ਪਾਰ ਪੈਂਦੀ ਹੈ। ਪਰੰਤੂ ਆਪਾਂ ਇਸ ਮਿਥ ਦਾ ਪੰਜਕ ਕਰ ਦਾਂਗੇ ਬਈ ਜ਼ਰੂਰ ਹੋਵੇਗਾ। ਤੇ ਪਾਸ ਵੀ ਮਿਥ ਪੰਜਕ ਸੀ, ਉਸਨੇ ਮਿਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ ਔਰ ਮਿਥਾਂ ਨੂੰ ਤੋੜਿਆ, ਉਸ ਉੱਤੇ ਪ੍ਰਹਾਰ ਕੀਤਾ। ਉਸਦੀਆਂ ਕਵਿਤਾਵਾਂ ਦਾ ਰੰਗ ਹੈ ਜਿਹੜਾ ਸੰਬੋਧਨੀ ਹੈ, ਸੰਬੋਧਨ ਹੈ, ਸੰਬੋਧਨ ਕਰਦਾ ਹੈ ਔਰ ਸੰਵਾਦ ਵੀ ਹੈ, ਸੰਵਾਦ ਰਚਾਉਂਦਾ ਹੈ। ਧੰਨਵਾਦ।